ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਵਾਰਦਾਤ ਹੋਈ ਆ, ਕੀ ਪ੍ਰੋਗਰੈਸ ਹੋਈ ਆ ਉਹਨਾਂ ਨੂੰ ਫੜਨ ਦੇ ਵਿੱਚ? ਦੇਖੋ, ਪਹਿਲੀ ਗੱਲ ਤਾਂ ਇਹ ਵਾਰਦਾਤ ਹੋਣੀ ਸਾਡੇ ਲਈ ਬਹੁਤ ਹੀ ਮਾੜੀ ਮੰਦਭਾਗੀ ਘਟਨਾ ਹੈ। ਇੱਦਾਂ ਕੋਈ ਮਾੜੀ ਗੱਲ ਹੋ ਨਹੀਂ ਸਕਦੀ ਜੀ। ਅਤੇ ਬਾਕੀ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਜੀ ਕਿ ਜਿਹੜੇ ਅਸਲੀ ਬੰਦੇ ਨੇ ਉਹ ਫੜੇ ਜਾਣ, ਉਹਨਾਂ ਨੂੰ ਪੂਰੀ ਸਜ਼ਾ ਮਿਲੇ ਜੀ। ਕਾਫੀ ਬੰਦੇ ਫੜੇ ਵੀ ਗਏ ਨੇ ਜੀ, ਅਤੇ ਬਾਕੀ ਬੰਦੇ ਮੇਰਾ ਖਿਆਲ ਹੈ ਵੀ ਇੱਕ ਦੋ ਦਿਨ ਦੇ ਵਿੱਚ ਸਾਰੇ ਫੜੇ ਜਾਣ। ਕੋਈ ਬੰਦਾ ਬਾਹਰ ਨਹੀਂ ਰਹਿਣਾ, ਨੰਬਰ ਟਰੇਸ ਹੋ ਗਏ, ਗੱਡੀਆਂ ਦੇ ਨੰਬਰ ਟਰੇਸ ਹੋ ਗਏ, ਬੰਦਿਆਂ ਦੀਆਂ ਫੋਟੋਆਂ ਲੱਭ ਗਈਆਂ ਜੀ, ਕਿਉਂਕਿ ਸਾਰੀਆਂ ਉਹ ਨਾਕੇ ਦੇ ਉੱਤੇ ਟੱਪ ਗਈਆਂ ਨੇ ਜੀ। ਸਾਰਿਆਂ ਨੂੰ ਪਤਾ ਕਿ ਵੀ ਆ ਹੈ, ਉਹਦੇ ਵਿੱਚ ਸਾਰੀਆਂ ਫੋਟੋਆਂ ਆ ਗਈਆਂ। ਸਰ, ਜਿਹੜੀਆਂ CCTV ਫੁਟੇਜ 'ਚੋਂ ਟਰੇਸ ਹੋਇਆ, ਉਹਦੇ 'ਚ ਕਾਫੀ ਵੱਡੇ ਬੰਦਿਆਂ ਦੇ ਨਾਂ, ਉਹਨਾਂ ਦੇ ਓਨਰਸ ਦੇ ਆ ਰਹੇ ਆ, ਕਿਤੇ ਇਹ ਤਾਂ ਨਹੀਂ ਕਿ ਮਾਸਟਰ ਮਾਈਂਡ ਬੰਦੇ ਵਿੱਚੋਂ ਨਿਕਲ ਜਾਣਗੇ? ਦੇਖੋ, ਕਾਨੂੰਨ ਅੱਗੇ ਨਾ ਕੋਈ ਵੱਡਾ ਹੈ ਨਾ ਛੋਟਾ ਹੈ ਜੀ। ਜਿਹੜਾ ਕਾਨੂੰਨ ਦੀ ਵਿੱਚ ਆਊਗਾ ਉਹਨੂੰ ਸਜ਼ਾ ਮਿਲੂਗੀ ਜੀ। ਇਹਦੇ 'ਚ ਬੜੇ ਛੋਟੇ ਵਾਲੀ ਗੱਲ ਕੋਈ ਹੈ ਹੀ ਨਹੀਂ ਜੀ। ਕਾਨੂੰਨ ਦੇ ਲਈ ਸਾਰੇ ਬਰਾਬਰ ਨੇ ਸਰ। ਉਹ ਓਨਰਸ ਜਿਹੜੇ ਨੇ ਬਹੁਤ ਵੱਡੀਆਂ ਮਾਂ ਜਿੱਡੇ ਜਿਹੜੇ ਮਰਜ਼ੀ ਹੋਣ ਜੀ, ਕਾਨੂੰਨ ਹੋਗੇ ਤੁਸੀਂ ਦੇਖਿਆ ਵੀ ਵੱਡੇ ਵੱਡੇ ਸਦਾਮ ਹੁਸੈਨ ਵਰਗੇ ਨਹੀਂ ਬਚੇ ਜੀ ਜੀ। ਸੋ ਇੱਥੇ ਤੱਕ ਜੋ ਕਾਨੂੰਨ ਹੈ, ਕਾਨੂੰਨ ਸਾਰੇ ਲਈ ਬਰਾਬਰ ਹੈ। ਜੇ ਮਾੜਾ ਕੰਮ ਕਰਾਂਗੇ ਤਾਂ ਉਹ ਸਜ਼ਾ ਮਿਲੂਗੀ, ਅਤੇ ਮੈਨੂੰ 100% ਵਿਸ਼ਵਾਸ ਹੈ ਵੀ ਜਿਹੜੇ ਜਿਹੜੇ ਬੰਦੇ ਦੀ ਇਨਵੋਲਵਮੈਂਟ ਹੈ ਉਹਨਾਂ ਨੂੰ ਸਜ਼ਾ ਮਿਲੂ, ਯਾਰ ਫੜੇ ਜਾਣਗੇ। ਸਰ, ਇੱਕ ਪਰਮੇਸ਼ਵਰ ਦੇ ਆਪ ਇੱਕ ਪੜੋਸੀ ਹੋ, ਅਤੇ ਇੱਕ ਪੜੋਸੀ ਹੋਣ ਦੇ ਨਾਤੇ ਵੀ ਆਪ ਜੀ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ, ਅਤੇ ਸਰਕਾਰ 'ਚ ਵੀ ਆਪ ਜੀ ਦਾ ਹਿੱਸੇਦਾਰੀ ਹੈ ਵੀ ਆਪ ਜੀ ਉਹਨਾਂ ਦੇ ਨੁਮਾਇੰਦੇ ਹੋ, ਅਤੇ ਆਪ ਜੀ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਕਿ ਇਸ ਕੇਸ ਨੂੰ ਜਲਦੀ ਸੋਲਵ ਕੀਤਾ ਜਾ ਸਕੇ? ਦੇਖੋ, ਜਿੱਥੇ ਤੱਕ ਤਾਂ ਮਹਾਂਪੁਰਸ਼ਾਂ ਦੀ ਤਾਂ ਸਾਡੇ ਨਾਲ ਮਹਾਂਪੁਰਸ਼ ਨੇ, ਨਾ ਦੂਰ ਦਾ ਨਾ ਨੇੜ ਦਾ, ਮੇਰਾ ਖਿਆਲ ਹੈ ਜਿੰਨਾ ਮੇਰੇ ਨੇੜੇ ਦਾ ਰਿਸ਼ਤਾ ਹੈ, ਕਾਫੀ ਸਾਂਝ ਹੈ। ਹਾਂ, ਸ਼ੁਰੂ ਤੋਂ ਹੀ ਇੱਦਾਂ, ਇਹਦੇ ਨਾਲ ਕੋਈ ਪੋਲੀਟੀਕਲ ਰਿਸ਼ਤਾ ਨਹੀਂ। ਮੈਂ ਪੋਲੀਟੀਕਲ ਆਪ ਜੀ ਨੂੰ ਸਵਾਲ ਨਹੀਂ ਪੁੱਛ ਰਿਹਾ ਮੈਂ, ਕਿ ਐਜ਼ ਏ ਪੜੋਸੀ। ਬਿਲਕੁਲ ਬਿਲਕੁਲ ਜੀ, ਘਰ ਮੰਗੂ, ਇਹਦਾ ਸਤਿਕਾਰ ਹੀ ਬਹੁਤ ਹੈ ਮਹਾਂਪੁਰਸ਼ਾਂ। ਦੇਖੋ, ਜਿੰਨਾ ਪ੍ਰਚਾਰ ਸਿੱਖੀ ਦਾ ਇਹਨਾਂ ਨੇ ਕੀਤਾ ਹੈ ਜੀ ਜੀ, ਜਾਂ ਗੁਰੂ ਦੇ ਨਾਲ ਜੋੜਿਆ, ਇਹ ਮੇਰਾ ਖਿਆਲ ਇੱਕ ਰਿਕਾਰਡ ਹੋਣਾ ਹੈ ਜੀ। ਔਰ ਹਮੇਸ਼ਾ ਜਦੋਂ ਵੀ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਜੀ ਜੀ, ਜਦੋਂ ਵੀ ਗੱਲ ਕਰਦੇ ਨੇ ਅਕਾਲ ਤਖਤ ਦੀ ਗੱਲ ਕਰਦੇ ਨੇ। ਸਾਡੇ ਸਿੱਖੀ ਦੇ ਲਈ ਦੋ ਹੀ ਧੁਰ ਹੈ ਜੀ ਜੀ, ਜਾਂ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਸਾਰੇ ਕਰਦੇ ਹਾਂ, ਜਾਂ ਅਕਾਲ ਤਖਤ ਦੀ ਕਰਦੇ ਹਾਂ, ਅਤੇ ਉਸੇ ਦੀ ਗੱਲ ਜੀ ਮਹਾਂਪੁਰਸ਼ ਕਰਦੇ ਨੇ ਜੀ। ਸੋ ਮੰਦਭਾਗੀ ਘਟਨਾ ਹੋਈ ਹੈ, ਮਾੜਾ ਕੰਮ ਹੋਇਆ ਜੀ, ਪਰ ਮੈਨੂੰ 100% ਉਮੀਦ ਹੈ, ਜਿੱਥੇ ਤੱਕ ਮੇਰੀ ਬਾਲ ਸਾਹਿਬ ਨਾਲ ਵੀ ਗੱਲ ਹੋਈ ਹੈ ਜੀ, ਸਤ ਸੁਖਬੀਰ ਸਿੰਘ ਬਾਲ ਸਾਹਿਬ ਨਾਲ ਵੀ ਹੈ, ਕੱਲ੍ਹ ਆ ਕੇ ਵੀ ਗਏ ਨੇ ਜੀ ਜੀ ਆਏ ਸੀ, ਅਤੇ ਇਹ ਇੱਕ ਅੱਧਾ ਦਿਨ ਹੀ ਹੈ। ਮੇਰਾ ਖਿਆਲ ਤਾਂ ਵੀ ਸਾਨੂੰ ਹੁਣ ਕਿਸੇ ਵਕਤ ਵੀ ਕੋਈ ਨਿਊਜ਼ ਮਿਲ ਜੂਗੀ ਕਿ ਟੋਟਲ ਦੇ ਟੋਟਲ ਬੰਦੇ ਸਾਰੇ ਦੇ ਸਾਰੇ ਅਰੈਸਟ ਹੋ ਗਏ। ਬਹੁਤ ਬਹੁਤ ਧੰਨਵਾਦ ਜੀ।